ਪੰਜਾਬ ਦੇ ਮੁੱਲਾਪੁਰ ਦੇ ਵਿੱਚ ਇੱਕ ਬੈਂਕ ਪ੍ਰਾਈਵੇਟ ਬੈਂਕ ਦੇ ਮੈਨੇਜਰ ਨੇ ਹੀ ਕਰੋੜਾਂ ਦੀ ਠੱਗੀ ਕਰ ਦਿੱਤੀ। ਉਹਦੇ ਵਿੱਚ ਹੁਣ ਹਾਲਾਂਕਿ ਗ੍ਰਿਫਤਾਰ ਕਰ ਲਿਆ, ਲੇਕਿਨ ਪੁੱਛਗਿੱਛ ਚ ਬਹੁਤ ਵੱਡੇ ਖੁਲਾਸੇ ਸਾਹਮਣੇ ਆ ਰਹੇ ਕਿ ਕਿਸ ਤਰ੍ਹਾਂ ਉਹਦੀ ਮੋਡਸ ਆਪਰੈਂਡੀ ਸੀ, ਕਿਸ ਤਰ੍ਹਾਂ ਉਹ ਇਹ ਲੋਕਾਂ ਦੇ ਜਿਹੜੇ ਪੈਸੇ ਅਕਾਊਂਟ ਚ ਹੁੰਦੇ ਸੀਗੇ ਉਹਨੂੰ ਕਿਸ ਤਰ੍ਹਾਂ ਆਪਣੇ ਅਕਾਊਂਟ ਚ ਪਾਉਂਦਾ ਸੀਗਾ। ਇਹ ਪੂਰਾ ਹੁਣ ਪੁਲਿਸ ਲਗਾਤਾਰ ਪੁੱਛਗਿੱਛ ਕਰ ਰਹੀ ਹੈ ਕਿ ਮੈਨੇਜਰ ਗੌਰਵ ਕਿਸ ਤਰ੍ਹਾਂ ਲੋਕਾਂ ਨਾਲ ਠੱਗੀ ਕਰ ਰਿਹਾ ਸੀਗਾ। ਸਾਡੇ ਨਾਲ ਸੀਨੀਅਰ ਆਫਿਸਰ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਡਿਪਟੀ ਸਾਹਿਬ, ਇਹ ਗ੍ਰਿਫਤਾਰੀ ਹੋ ਚੁੱਕੀ ਹੈ, ਤੁਸੀਂ ਉਹਨੂੰ ਗ੍ਰਿਫਤਾਰ ਕਰ ਲਿਆ, ਲੇਕਿਨ ਇਹ ਕਿੰਨੇ ਦਿਨਾਂ ਤੋਂ ਕੰਮ ਕਰ ਰਿਹਾ ਸੀਗਾ ਔਰ ਮੋਡਸ ਆਪਰੈਂਡੀ ਕਿਸ ਤਰ੍ਹਾਂ ਇਹ ਠੱਗੀ ਕਰਦਾ ਸੀਗਾ ਲੋਕਾਂ ਨੂੰ? ਦੇਖੋ, ਇਹ ਜਿਹੜੀ ਬਾਂਸੇਪੁਰ ਬ੍ਰਾਂਚ ਹੈਗੀ ਸੀ ਇਹਨਾਂ ਦੀ ਬੈਂਕ ਦੀ, ਉੱਥੋਂ ਇਹ 7 ਸਾਲ ਤੋਂ ਕੰਮ ਕਰ ਰਿਹਾ ਸੀ ਉੱਥੇ। ਉਸ ਤੋਂ ਬਾਅਦ ਇਹ ਲੋਕਾਂ ਨਾਲ ਬਹੁਤ ਜ਼ਿਆਦਾ ਦੀ ਬਣੀ ਵੀ ਸੀ, ਜਿਸ ਤਰ੍ਹਾਂ ਮੰਨ ਲਓ ਕੋਈ ਹੁਣ ਜਿਹੜੀ ਅਸੀਂ ਪੁੱਛਗਿੱਛ ਕੀਤੀ ਇਹਦੇ ਕੋਲੋਂ, ਜਾਂ ਲੋਕਾਂ ਦੇ ਵੀ ਵਿਊ ਲਿੱਤੇ ਆ ਕਿ ਕੋਈ ਪੈਸੇ ਜਮ੍ਹਾਂ ਕਰਾਉਣਾ ਆਉਂਦਾ ਸੀ, ਕੋਈ ਲੈਣ ਆਉਂਦਾ ਸੀ, ਇਹ ਮਤਲਬ ਕਿ ਕਹਿ ਦਿੰਦਾ ਸੀ ਉਹਨਾਂ ਨੂੰ ਕਿ ਹਜੇ ਸਰਵਰ ਸਲੋ ਹੈਗਾ ਵਾ, ਉਦਾਂ ਹੀ ਪੈਸੇ ਦੇ ਦਿੰਦਾ ਸੀ। ਤੇ ਉਸ ਤੋਂ ਬਾਅਦ ਜਿਹੜਾ ਹੈਗਾ ਵਾ, ਇਹਨਾਂ ਨੇ ਇਹਦੇ ਆਪ ਦੇ ਜਿਹੜੇ ਹੈਗੇ ਆ 5 ਅਕਾਊਂਟ ਜਿਹੜੇ ਹੈਂਡਲ ਕਰਦਾ ਸੀ, ਇੱਕ ਨੌਕਰ ਦਾ ਸੀ, ਇੱਕ ਮਦਰ ਦਾ ਖਿਲਾਇਆ ਵਾ ਸੀ ਇਹਨੇ ਇੱਥੇ, ਇੱਕ ਫਾਦਰ ਦਾ ਖਿਲਾਇਆ ਵਾ ਸੀ, 2 ਇਹਦੇ ਆਪਦੇ ਅਕਾਊਂਟ ਸੀ। ਠੀਕ ਹੈ। ਤੇ ਲੋਕਾਂ ਦੇ ਜਿਸ ਤਰ੍ਹਾਂ ਮੰਨ ਲਓ ਅਕਾਊਂਟ ਹੈਗੇ ਸੀ, ਉੱਥੇ ਨੰਬਰ ਚੇਂਜ ਕਰ ਦਿੰਦਾ ਸੀ, ਇਹ ਮੋਬਾਈਲ ਨੰਬਰ ਚੇਂਜ ਕਰ ਦਿੰਦਾ ਸੀ, ਕਿ ਜ਼ਿਆਦਾਤਰ ਨੰਬਰ ਜਿਹੜਾ ਇਹ ਨੌਕਰ ਦਾ ਯੂਜ਼ ਕੀਤਾ ਸੀ ਇਹਨੇ। ਠੀਕ ਹੈ। ਕਿਉਂਕਿ ਨੌਕਰ ਜਿਹੜਾ ਉਹ ਨੇਪਾਲ ਦਾ ਸੀ, ਅਨਪੜ੍ਹ ਹੈਗਾ ਸੀ, ਇੰਨਾ ਪੜ੍ਹਾ ਲਿਖਿਆ ਨਹੀਂ ਸੀ, ਤੇ ਉਹਨੂੰ ਮੈਸੇਜ ਫੋਨ ਤੇ ਆਉਂਦੇ ਸੀ ਤੇ ਇਹੀ ਯੂਜ਼ ਕਰਦਾ ਸੀ ਇਹ ਸਾਰਾ ਜਿਹੜਾ ਹੈਗਾ। ਠੀਕ ਹੈ, ਯਾਨੀ ਕਿ ਨੌਕਰ ਦਾ ਹੀ ਮੋਬਾਈਲ ਯੂਜ਼ ਕਰਦਾ ਸੀਗਾ। ਤੇ ਹੁਣ ਤੱਕ ਦੀ ਸਾਹਮਣੇ ਆਈ ਇਨਵੈਸਟੀਗੇਸ਼ਨ, ਨੌਕਰ ਦੇ ਅਕਾਊਂਟ ਦੇ ਵਿੱਚ ਵੀ ਪੈਸੇ ਕਾਫੀ? ਦੇਖੋ, ਜਿਹੜਾ ਅਸੀਂ ਹੁਣ ਚੈੱਕ ਕੀਤਾ ਹੈ, ਨੌਕਰ ਦੇ ਅਕਾਊਂਟ ਚ 5 ਕਰੋੜ ਦੇ ਆਸ-ਪਾਸ ਜਮ੍ਹਾਂ ਹੋਇਆ ਹੋਇਆ। ਠੀਕ ਹੈ। ਜਿਹੜਾ ਮਤਲਬ ਕਿ ਇਹਨੇ ਲੋਕਾਂ ਦੇ ਅਕਾਊਂਟ ਦੇ ਵਿੱਚੋਂ ਕੀਤਾ ਹੈ। ਠੀਕ ਹੈ। ਤੇ ਜਿਹੜੀ ਇਹਦੀ ਮਦਰ ਹੈਗੀ ਆ, ਉਹਦੇ ਵੀ 4-4.5 ਕਰੋੜ ਦੇ ਆਸ-ਪਾਸ ਉਹਦਾ ਹੈਗਾ। ਠੀਕ ਹੈ। ਤੇ ਜਿਹੜਾ ਫਾਦਰ ਹੈਗਾ ਇਹਦਾ, ਉਹਦੇ ਵੀ ਅਕਾਊਂਟ ਜਿਹੜਾ ਖੋਲਿਆ ਵਾ ਸੀ, ਉਹਦੇ ਵੀ 40 ਲੱਖ ਦੇ ਆਸ-ਪਾਸ ਹੈਗਾ ਉਹਦੇ। ਠੀਕ ਹੈ। ਤੇ ਉਹਦੇ ਆਪਣੇ ਅਕਾਊਂਟ ਚ ਘੱਟ ਰੱਖਦਾ ਸੀਗਾ ਕਿ ਕਿਸੇ ਨੂੰ ਸ਼ੱਕ ਨਾ ਹੋਵੇ? ਬਿਲਕੁਲ, ਆਪਣੇ ਅਕਾਊਂਟ ਵਿੱਚ ਉਹਦਾ ਸੈਲਰੀ ਅਕਾਊਂਟ ਹੈਗਾ ਸੀ ਜਿਹੜਾ ਚੱਲਦਾ ਸੀ, ਉਹਦਾ ਉਹੀ ਚੱਲ ਰਿਹਾ ਸੀ। ਜਿਹੜਾ ਅਸੀਂ ਜਦੋਂ ਚੈੱਕ ਕੀਤਾ, ਉਹਦੇ ਵਿੱਚ ਵੀ -3000 ਬੈਲੈਂਸ ਹੈਗਾ ਹੋਇਆ ਉਹਦਾ। ਠੀਕ ਹੈ। ਤੇ ਸਰ, ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕੀ ਆਇਆ, ਕਿੰਨੇ ਲੋਕਾਂ ਨਾਲ ਠੱਗੀ ਕੀਤੀ? ਅਪਰੋਕਸੀਮੇਟਲੀ ਕਿੰਨੇ ਲੋਕ ਹਜੇ ਤੱਕ ਸਾਹਮਣੇ ਆ ਚੁੱਕੇ? ਦੇਖੋ, 67 ਲੋਕਾਂ ਦੀਆਂ ਕੰਪਲੇਂਟਾਂ ਆਈਆਂ ਜਿਹੜੀਆਂ ਦਿੱਤੀਆਂ ਉਹਨਾਂ ਨੇ। ਓਕੇ। ਤੇ ਉਹਨਾਂ ਦਾ ਜਿਹੜਾ ਅਮਾਊਂਟ ਹੈਗਾ ਇਹ ਉਹ 12-13 ਕਰੋੜ ਦੇ ਆਸ-ਪਾਸ ਮੰਨਦਾ ਜਿਹੜਾ। ਠੀਕ ਹੈ। ਟੋਟਲ ਸਰ, ਹੁਣ ਤੱਕ ਦੀ ਧਰਮਵੀਰ ਸਰ ਇਨਵੈਸਟੀਗੇਸ਼ਨ ਚ ਇਹ ਨਹੀਂ ਆਇਆ ਕਿ ਬੈਂਕ ਨੂੰ ਪਤਾ ਹੀ ਨਹੀਂ ਲੱਗਿਆ, ਕਿਉਂਕਿ ਜਿਸ ਤਰ੍ਹਾਂ ਇਹ ਬੈਂਕਾਂ ਚ ਪੈਸੇ ਕਢਾ ਰਿਹਾ ਸੀਗਾ, ਇੱਕ ਹੀ ਨੰਬਰ ਤੇ ਪੂਰਾ ਹੋ ਰਿਹਾ ਸੀਗਾ? ਜੇਕਰ ਆਪਾਂ ਟੈਕਨੀਕਲੀ ਗੱਲ ਕਰ ਲਈਏ, ਦੇਖੋ ਇਹਦਾ ਨਾ ਹੁਣ ਆਡਿਟ ਹੋਣਾ ਸੀ ਇਹਦਾ। ਇਹ ਬੇਸਿਕਲੀ ਕੰਮ ਤਾਂ ਇਹਨੇ ਹੁਣੀ ਕੀਤਾ ਸੀ, 2-3 ਮਹੀਨੇ ਜਿਹੜਾ ਜ਼ਿਆਦਾ ਕੀਤਾ। ਠੀਕ ਹੈ। ਹੁਣ ਇਹਦਾ ਆਡਿਟ ਹੋਣਾ ਸੀ 14 ਤਰੀਕ ਨੂੰ। ਠੀਕ ਹੈ। ਇਹ 13 ਨੂੰ ਬੈਂਕ ਆਇਆ ਸੀ, 14 ਤਰੀਕ ਨੂੰ ਸਵੇਰੇ ਬੈਂਕ ਨਹੀਂ ਗਿਆ। ਠੀਕ ਹੈ। ਜਦੋਂ ਬੈਂਕ ਤੋਂ ਫੋਨ ਕੀਤੇ ਜਾਂ ਲੋਕਾਂ ਦੇ ਫੋਨ ਗਏ, ਲੋਕਾਂ ਨੂੰ ਪਤਾ ਲੱਗਿਆ, ਉਸ ਤੋਂ ਬਾਅਦ ਇਹਨੇ ਆਪਣਾ ਫੋਨ ਬੰਦ ਕਰ ਲਿਆ ਸੀ। ਇਸ ਤੋਂ ਬਾਅਦ ਫੋਨ ਬੰਦ ਕਰ ਲਿਆ। ਤੇ ਹੋਰ ਵੀ ਕੋਈ ਇਨਵੋਲਵ ਹੈ ਜਦ ਤੱਕ ਸਾਹਮਣੇ ਆਇਆ ਕੋਈ ਸਰ ਇਨਵੋਲਵਮੈਂਟ? ਦੇਖੋ, ਜਿਹੜੀ ਅਸੀਂ ਇਹਨੂੰ ਅਰੈਸਟ ਕਰਕੇ ਲੈ ਕੇ ਆਏ ਹਾਂ, ਪੁੱਛਗਿੱਛ ਕੀਤੀ ਹੈ, ਜੋ ਇਹਨੇ ਸਾਰਾ ਆਪਣੇ ਦੱਸਿਆ ਹੀ, ਆਪ ਹੀ ਪਰੇਡ ਕਰ ਰਿਹਾ ਸੀ। ਜਿਹੜਾ ਅਸੀਂ ਕੈਸ਼ੀਅਰ ਵੀ ਫੜਿਆ ਸੀ ਉਸ ਟਾਈਮ ਮੌਕੇ ਉਹਦੇ ਕੀਤਾ ਸੀ, ਉਹਦਾ ਵੀ ਕੋਈ ਰੋਲ ਇੰਨਾ ਸਾਹਮਣੇ ਆਇਆ ਨਹੀਂ, ਤੇ ਉਹਦਾ ਵੀ ਇਹੀ ਪਾਸਵਰਡ ਆਈਡੀ ਸਾਰਾ ਇਹੀ ਯੂਜ਼ ਕਰਦਾ ਸੀ। ਓਕੇ, ਯਾਨੀ ਕਿ ਸਾਰਾ ਆਪਣੇ ਹੈਂਡਲ ਹੀ ਰੱਖਿਆ ਹੋਇਆ? ਬਿਲਕੁਲ ਬਿਲਕੁਲ, ਕਿਸੇ ਨੂੰ ਪਤਾ ਨਹੀਂ ਸੀ, ਇਹਨੇ ਕੌਨਫੀਡੈਂਸ ਵਿੱਚ ਲਿੱਤੇ ਸੀ ਸਾਰੇ ਜਾਣੇ ਬਹੁਤ ਜ਼ਿਆਦਾ। ਤੇ ਸਰ, ਨੌਕਰ ਦਾ ਰੋਲ ਕੀ ਹੈ ਜੋ ਨੇਪਾਲੀ ਹਜੇ ਤੁਸੀਂ ਲੱਭ ਰਹੇ ਹੋ? ਨੌਕਰ, ਦੇਖੋ ਇਹ ਨੌਕਰ ਨਾਲ ਰਹਿੰਦਾ ਸੀ ਇਹਦੇ। ਠੀਕ ਹੈ। ਜਿਹੜਾ ਹੈਗਾ ਇਹ ਨੌਕਰ ਨੂੰ ਥੋੜਾ ਬਹੁਤਾ ਪਤਾ ਵੀ ਸੀ, ਕਿਉਂਕਿ ਉਹਦਾ ਨੰਬਰ ਵੀ ਯੂਜ਼ ਕਰਦਾ ਸੀ, ਉਹਦੇ ਫੋਨ ਤੇ ਵੀ ਮੈਸੇਜ ਵਗੈਰਾ ਆਉਂਦੇ ਸੀ। ਉਹ ਅਜੇ ਫਰਾਰ ਆ, ਉਹਦੇ ਵਿੱਚ ਵੀ ਲੱਗੇ ਹੋਏ ਆਪਾਂ ਜਿਹੜਾ ਫੜਨ ਵਾਸਤੇ। ਸਰ, ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਆਇਆ ਕਿ ਇੰਨਾ ਪੈਸਾ ਕਿੱਥੇ ਖਰਚ ਕੀਤਾ ਇਹਨੇ? ਕੋਈ ਹੋਰ ਵੀ ਨਾਲ ਸੀਗਾ ਜਾਂ ਕੋਈ ਅਯਾਸ਼ੀ ਜਾਂ ਕਿਸੇ ਤਰ੍ਹਾਂ ਦਾ? ਦੇਖੋ, ਜਿਸ ਤਰ੍ਹਾਂ ਡਰਿੰਕ ਕਰਨ ਦਾ ਸ਼ੌਕੀਨ ਹੈਗਾ ਸੀ ਬਹੁਤ ਜ਼ਿਆਦਾ, ਹੋਰ ਵੀ ਚੀਜ਼ਾਂ ਸਾਹਮਣੇ ਆ ਰਹੀਆਂ ਵਾ, ਉਹ ਅਸੀਂ ਅਜੇ ਦੱਸਣਾ ਨਹੀਂ ਚਾਹੁੰਦੇ ਕਿਉਂਕਿ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਉਹ। ਤੇ ਇਹਦੇ ਵਿੱਚ ਕੀ, ਅਸੀਂ ਅੱਗੇ ਅਕਾਊਂਟ ਦੇਖ ਰਹੇ ਹਾਂ ਵੀ ਕਿਹੜੇ ਅਕਾਊਂਟਾਂ ਦੇ ਵਿੱਚ ਪੈਸੇ ਗਏ ਆ, ਇਹ ਅਕਾਊਂਟ ਆ ਜਿਹੜੇ ਇਹਦੇ 5 ਅਕਾਊਂਟ ਹੈਗੇ ਸੀ, ਉਹਦੀਆਂ ਡਿਟੇਲਾਂ ਸਾਰੀਆਂ ਅਸੀਂ ਦੇਖ ਰਹੇ ਹਾਂ, ਜਿਵੇਂ ਵੀ ਜਿਹੜਾ ਵੀ ਅੱਗੇ ਇਸ ਵਿੱਚ ਆਊਗਾ ਵੀ ਕਿਹਦੇ ਅਕਾਊਂਟ 'ਚ ਗਏ ਆ, ਤੇ ਉਹਨੂੰ ਵੀ ਵੈਰੀਫਾਈ ਕੀਤਾ ਜਾਊਗਾ। ਸਰ, ਪਲਾਨ ਕੀ ਸੀਗਾ ਇਹਨੇ, ਅਬਰੋਡ ਜਾਣ ਦਾ ਪਲਾਨ ਸੀਗਾ ਨੇਪਾਲ ਦੇ ਥਰੂ ਜਾਂ ਫਿਰ ਕਿਸ ਤਰ੍ਹਾਂ? ਦੇਖੋ, ਇਹਨੇ ਜਾਣਾ ਤਾਂ ਨੇਪਾਲ ਹੀ ਸੀ ਹਜੇ ਤੱਕ, ਤਾਂ ਇਹੀ ਦੱਸ ਰਿਹਾ ਹੈ। ਠੀਕ ਹੈ। ਤੇ ਜਿਹੜਾ ਨੌਕਰ ਸੀ ਉਹ ਚਲੇ ਗਿਆ ਸੀ ਪਹਿਲਾਂ। ਠੀਕ ਹੈ। ਇਹ ਜਿਹੜੀ ਗੱਡੀ ਸੀ ਇਹਦੇ ਕੋਲ ਆਪਣੀ, ਨੇ ਜਿਹੜੀ ਬਾਏ ਨਵੀਂ ਕੀਤੀ ਸੀ ਟਾਟਾ ਸਫਾਰੀ, ਇਹ ਉਹਦੇ 'ਚ ਹੀ ਗਿਆ ਸੀ, ਬਾਈ ਰੋਡ ਹੀ ਗਿਆ ਸੀ, ਉਹਦੇ 'ਚ ਟੈਂਪਲਰੀ ਨੰਬਰ ਲੱਗਿਆ ਵਾ ਸੀ,
ਟੈਂਪਰੇਰੀ ਨੰਬਰ ਕਰਕੇ ਇਹ ਜਾ ਨਹੀਂ ਸਕਿਆ ਉਹ ਤੇ ਇਧਰ ਹੀ ਸੀ ਬਾਰਡਰ ਤੇ। ਠੀਕ ਹੈ, ਤੇ ਹੁਣ ਤੱਕ ਦੀ ਹੋਰ ਇਨਵੈਸਟੀਗੇਸ਼ਨ ਕੁਝ ਸਾਹਮਣੇ ਆਇਆ ਹੋਵੇ ਕਿ ਹੋਰ ਵੀ ਕੋਈ ਇਨਵੋਲਵ ਨਾਲ ਇਹਦੇ ਹਜੇ ਤੱਕ? ਨਹੀਂ, ਹਜੇ ਤੱਕ ਕੋਈ ਇਹਦੇ ਸਾਹਮਣੇ ਨਹੀਂ ਆਈ ਚੀਜ਼ ਜਿਹੜੀ ਹੈਗੀ ਆ। ਹਜੇ 5 ਦਿਨ ਦਾ ਰਿਮਾਂਡ ਸਾਡੇ ਕੋਲ ਹੈਗਾ ਏ, ਪੁੱਛਗਿੱਛ ਕਰਾਂਗੇ। ਹੋਰ ਜਿਹੜੇ ਮੇਨ ਹੈ ਇਹਦੇ ਵਿੱਚ ਇਹੀ ਆ ਕਿ ਜਿਹੜੇ ਇਹਦੇ 5 ਅਕਾਊਂਟਾਂ 'ਚੋਂ ਅੱਗੇ ਪੈਸੇ ਗਏ ਵੇ ਆ ਉਹ ਵੈਰੀਫਾਈ ਕਰਨੇ ਬਹੁਤ ਜ਼ਰੂਰੀ ਆ, ਤੇ ਜਿਹੜੇ ਵੀ ਅੱਗੇ ਜਾਊਂਗੇ ਅਸੀਂ ਉਹਨਾਂ ਨੂੰ ਫਿਰ ਫਰੀਜ਼ ਕਰਾਵਾਂਗੇ ਨਾਲ ਹੀ। ਤੇ ਹਜੇ ਪਤਾ ਨਹੀਂ ਲੱਗਿਆ ਸਰ ਕਿੱਥੇ ਨੇ ਪੈਸੇ ਅੱਗੇ ਭੇਜੇ? ਦੇਖੋ, ਜਿਹੜਾ ਇੱਕ ਅਕਾਊਂਟ ਅਸੀਂ ਕੀਤਾ ਸੀ ਉਹ ਅਸੀਂ ਫਰੀਜ਼ ਕਰਾਇਆ ਹੈ। ਠੀਕ ਹੈ, ਤੇ ਉਸ ਤੋਂ ਬਾਅਦ ਉਹਨਾਂ ਦਾ ਹੁਣ ਕਿਹਦੇ ਨਾਂ ਤੇ ਹੈਗਾ ਇਹ, ਕੌਣ ਕੌਣ ਚਲਾਉਂਦਾ ਹੈ, ਉਹਦੇ ਬਾਰੇ ਪਤਾ ਕਰਾਂਗੇ ਹੁਣ ਜੀ। ਠੀਕ ਹੈ, ਬੈਂਕ ਮੈਨੇਜਰ ਗੌਰਵ ਨੂੰ ਕਾਬੂ ਕਰ ਲਿਆ। ਹੁਣ ਪੁੱਛਗਿੱਛ 'ਚ ਕਈ ਖੁਲਾਸੇ ਸਾਹਮਣੇ ਆ ਰਹੇ ਕਿ ਕਿਸ ਤਰ੍ਹਾਂ ਇਸਨੇ ਲੋਕਾਂ ਦੇ ਨਾਲ ਠੱਗੀ ਕੀਤੀ ਔਰ ਬੜੇ ਹੀ ਸ਼ਾਤਿਰ ਤਰੀਕੇ ਦੇ ਨਾਲ ਇੱਥੋਂ ਫਰਾਰ ਹੋ ਗਿਆ। ਕਰੋੜਾਂ ਦੀ ਠੱਗੀ ਦੱਸੀ ਜਾ ਰਹੀ ਹੈ ਹੁਣ ਤੱਕ ਦੀ ਜਾਣਕਾਰੀ ਮੁਤਾਬਿਕ। 5 ਤੋਂ ਵੀ ਜ਼ਿਆਦਾ ਅਕਾਊਂਟ ਇਹਨੇ ਖੋਲੇ ਹੋਏ ਸੀਗੇ, ਜਿਸ ਤੋਂ ਬਾਅਦ ਹੁਣ ਪੁਲਿਸ ਇਹਦੇ ਵਿੱਚ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ ਕਿ ਕਿੱਥੇ ਕਿੱਥੇ ਇਹਨੇ ਪੈਸੇ ਇਨਵੈਸਟ ਕੀਤੇ, ਕਿਸ ਤਰ੍ਹਾਂ ਇਸਨੇ ਇਹ ਪੂਰੀ ਸਾਰੀ ਚੀਜ਼ਾਂ ਨੂੰ ਲੈ ਕੇ ਠੱਗੀ ਕੀਤੀ ਹੈ। ਕਰੋੜਾਂ ਦੀ 5 ਅਕਾਊਂਟ ਹਲੇ ਤੱਕ ਜਾਣਕਾਰੀ ਮਿਲੀ ਹੈ ਕਿ 5 ਅਕਾਊਂਟ ਇਹਨੇ ਖੋਲੇ ਹੋਏ ਸੀ ਆਪਣੇ ਮਦਰ ਦੇ ਨਾਂ ਤੇ, ਆਪਣੇ ਫਾਦਰ ਦੇ ਨਾਂ ਤੇ, ਆਪਣੇ ਨੌਕਰ ਦੇ ਨਾਂ ਤੇ। ਨੌਕਰ ਦਾ ਨਾਂ ਇਹ ਯੂਜ਼ ਕਰਦਾ ਸੀਗਾ, ਨੌਕਰ ਦਾ ਮੋਬਾਈਲ ਯੂਜ਼ ਕਰਦਾ ਸੀ, ਉਹਦੇ ਹੀ ਅਕਾਊਂਟ ਯੂਜ਼ ਕਰਦਾ ਸੀਗਾ ਔਰ ਉਸੇ ਅਕਾਊਂਟ ਦੇ ਵਿੱਚ 5 ਕਰੋੜ ਵੀ ਰਿਕਵਰ ਕੀਤੇ ਗਏ ਨੇ। ਹੁਣ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਲਗਾਤਾਰ ਇਹਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਹੈ। ਕਈ ਚੀਜ਼ਾਂ ਦਾ ਖੁਲਾਸਾ ਲਗਾਤਾਰ ਸਾਹਮਣੇ ਆ ਰਿਹਾ ਕਿ ਕਿਸ ਤਰ੍ਹਾਂ ਇਸਨੇ ਭੋਲੇ ਭਾਲੇ ਲੋਕੀ ਜਿਹੜੇ ਬੈਂਕ ਦੇ ਵਿੱਚ ਆਪਣੀ FD ਆਪਣੇ ਪੈਸਾ ਰੱਖਦੇ ਸੀਗੇ ਔਰ ਕਰੋੜਾਂ ਦੀ ਅਮਾਊਂਟ ਇਹਨੇ ਰੱਖ ਕੇ ਉੱਥੋਂ ਠੱਗੀ ਕਰਤੀ। ਮੁੱਲਾਪੁਰ ਤੋਂ ਕੈਮਰਾਮੈਨ ਸੰਦੀਪ ਕੁਮਾਰ ਨਾਲ ਮਨੋਜ ਰਾਠੀ, ਨਿਊਜ਼ 18, ਪੰਜਾਬ।